1995 ਦੇ ਵਿੱਚ ਸਕੂਲ ਜੁਆਇਨ ਕੀਤਾ ਪਰ ਸਾਡੇ ਆਉਣ ਤੋਂ ਬਹੁਤ ਪਹਿਲੇ ਜਿਵੇਂ ਸੁਣਨ 'ਚ ਆਇਆ 1937 ਤੋਂ ਲੈ ਕੇ 1941 ਤੱਕ ਉਹ ਇੱਥੇ ਪੜ੍ਹੇ ਨੇ 7ਵੀਂ ਤੋਂ ਲੈ ਕੇ 10ਵੀਂ ਤੱਕ ਚਾਰ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਸਾਲ ਉਹ ਇੱਥੇ ਉਹਨਾਂ ਨੇ ਗੁਜ਼ਾਰੇ ਆ ਸਟੂਡੈਂਟ ਸਰ ਜਦੋਂ ਤੱਕ ਮੈਂ ਜਾਣਦਾ ਦੋ ਤਿੰਨ ਵਾਰੀ ਚਾਰ ਵਾਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਇੱਥੇ ਉਹ ਜਦੋਂ ਵੀ ਆਉਂਦੇ ਸੀਗੇ ਇੰਨੇ ਡਾਊਨ ਟੂ ਅਰਥ ਇਨਸਾਨ ਹੈ ਮਤਲਬ ਬੀਇੰਗ ਏ ਚੀਫ ਮਿਨਿਸਟਰ ਵੀ ਉਹਨਾਂ ਨੇ ਕਦੀ ਇਹ ਅਹਿਸਾਸ ਹੀ ਨਹੀਂ ਦਵਾਇਆ ਕਿ ਮੈਂ ਇੱਥੇ ਐਸ ਚੀਫ ਮਿਨਿਸਟਰ ਆਇਆ ਹਮੇਸ਼ਾ ਇੱਕ ਵਿਦਿਆਰਥੀ ਦੇ ਤੌਰ 'ਤੇ ਹੀ ਇੱਥੇ ਆਉਂਦੇ ਸੀਗੇ ਸਭ ਤੋਂ ਪੁਰਾਣਾ ਹੈ ਇਹ ਜਿਹੜਾ ਆਡੀਟੋਰੀਅਮ ਹੈ ਇਸ ਆਡੀਟੋਰੀਅਮ ਦੇ ਵਿੱਚ ਉਹਨਾਂ ਨੇ ਇੱਟਾਂ ਲਗਾਉਣ ਦਾ ਯੋਗਦਾਨ ਵੀ ਪਾਇਆ ਹੋਇਆ ਉਹ ਕਹਿੰਦੇ ਅਸੀਂ ਖੁਦ ਇੱਟਾਂ ਚੁੱਕ ਕੇ ਇੱਥੇ ਜਾਂਦੇ ਹੁੰਦੇ ਸੀਗੇ ਪਰ ਕਰਦੇ ਸੀ ਆਫਿਸ 'ਚ ਆ ਕੇ ਬੈਠਦੇ ਸੀਗੇ ਕਿ ਤੁਸੀਂ ਸਾਹਮਣੇ ਪ੍ਰਿੰਸੀਪਲ ਸਾਹਿਬ ਦੀ ਚੇਅਰ 'ਤੇ ਆ ਕੇ ਬੈਠੋ ਅਤੇ ਉਹ ਕਦੀ ਵੀ ਨਹੀਂ ਸੀ ਬੈਠੇ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਇਹ ਮੇਰੇ ਗੁਰੂ ਦੀ ਕੁਰਸੀ ਹੈ ਇੱਥੇ ਤਾਂ ਮੈਂ ਕਦੀ ਬੈਠਣ ਦਾ ਸੋਚ ਵੀ ਨਹੀਂ ਸਕਦਾ ਉਹ ਹਮੇਸ਼ਾ ਸਾਹਮਣੇ ਵਾਲੀ ਕੁਰਸੀਆਂ 'ਤੇ ਬੈਠਦੇ ਸੀ ਕਦੀ ਵੀ ਪ੍ਰਿੰਸੀਪਲ ਦੀ ਚੇਅਰ 'ਤੇ ਨਹੀਂ ਬੈਠੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਹੈਗੇ ਬਿਮਾਰ ਹੈਗੇ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਸੀਗਾ ਪਰ ਕੱਲ੍ਹ ਉਹਨਾਂ ਦੀ ਮੌਤ ਹੋ ਗਈ ਤਾਂ ਜਿੱਥੇ ਰਾਜਨੀਤਿਕ ਲੋਕਾਂ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਰਹੀ ਹੈਗੀ ਉੱਥੇ ਪੂਰੇ ਦੇਸ਼ ਅਤੇ ਪੰਜਾਬ ਦੇ ਵਿੱਚ ਵੀ ਸ਼ੋਕ ਦੀ ਲਹਿਰ ਹੈਗੀ ਹੈ ਤਾਂ ਅੱਜ ਫਿਰੋਜ਼ਪੁਰ ਦੇ MLM ਸਕੂਲ ਦੇ ਵਿੱਚ ਅਸੀਂ ਖੜ੍ਹੇ ਹੋਏ ਹਾਂ ਜਿੱਥੇ ਪ੍ਰਕਾਸ਼ ਸਿੰਘ ਬਾਦਲ ਪੜ੍ਹੇ ਹੈਗੇ ਸੀਗੇ 1937 ਤੋਂ ਲੈ ਕੇ 1941 ਤੱਕ ਉਹਨਾਂ ਨੇ ਇੱਥੇ ਪੜ੍ਹਾਈ ਕੀਤੀ ਸੀ 7ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਇੱਥੇ ਪੜ੍ਹੇ ਹੈਗੇ ਸੀਗੇ ਤਾਂ ਸਕੂਲ ਦੇ ਵਿੱਚ ਮੌਜੂਦ ਆ ਪਹਿਲੇ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਇਸ ਸਕੂਲ ਨੂੰ ਬਣਵਾਉਣ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਜੀ ਦਾ ਕਾਫੀ ਵੱਡਾ ਯੋਗਦਾਨ ਰਿਹਾ ਹੈਗਾ ਉਹ ਇਸ ਸਕੂਲ ਦੇ ਵਿੱਚ ਹਮੇਸ਼ਾ ਜਦੋਂ ਵੀ ਫਿਰੋਜ਼ਪੁਰ ਦੇ ਵਿੱਚ ਆਉਂਦੇ ਸੀ ਇਸ ਸਕੂਲ ਦੇ ਵਿੱਚ ਆਉਂਦੇ ਹੈਗੇ ਸੀਗੇ ਤਾਂ ਕਈ ਵਾਰ ਜਿਹੜੀ ਜਨ ਸਮਾਵਾਂ ਹੁੰਦੀਆਂ ਸੀਗੀਆਂ ਉੱਥੇ ਵੀ ਜ਼ਿਕਰ ਕਰਦੇ ਹੈਗੇ ਸੀਗੇ ਕਿ ਮੈਂ ਫਿਰੋਜ਼ਪੁਰ ਇਸ ਸਕੂਲ ਦੇ ਵਿੱਚ ਪੜ੍ਹਿਆ ਹੈਗਾ ਤਾਂ ਸਾਡੇ ਨਾਲ ਇੱਥੇ ਪ੍ਰਿੰਸੀਪਲ ਵੀ ਮੌਜੂਦ ਹੈਗੇ ਨੇ ਸਟਾਫ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸੁਭਾਅ ਹੈਗਾ ਸੀ ਕਿਉਂਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹੋਏ ਨੇ ਔਰ ਵੱਡੇ ਸਿਆਸਤਦਾਨ ਹੈਗੇ ਸੀਗੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਰਾਸ਼ਟਰਪਤੀ ਜੀ ਵੱਲੋਂ ਵੀ ਸ਼ੋਕ ਜ਼ਾਹਿਰ ਕੀਤਾ ਗਿਆ ਹੈਗਾ ਤਾਂ ਪੂਰੇ ਰਾਜਨੀਤਿਕ ਲੋਕਾਂ ਨੇ ਸ਼ੋਕ ਜ਼ਾਹਿਰ ਕੀਤਾ ਹੈਗਾ ਤਾਂ ਵੱਡੀ ਦੁੱਖ ਦੀ ਘੜੀ ਹੈ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਦਾ ਸਟਾਫ ਸਾਡੇ ਨਾਲ ਮੌਜੂਦ ਹੈਗਾ ਸਰ ਅੱਜ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਹੈਗੇ ਇਸ ਸਕੂਲ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਨਾਤਾ ਹੈਗਾ ਸੀਗਾ ਉਹਨਾਂ ਨੇ ਪੜ੍ਹੇ ਹੋਏ ਸੀ ਕਦ ਕਿਹੜੇ ਸਾਲ ਦੇ ਵਿੱਚ ਉਹਨਾਂ ਨੇ ਇੱਥੇ ਪੜ੍ਹਾਈ ਕੀਤੀ ਹੈਗੀ ਸੀਗੀ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਪੜ੍ਹੇ ਸੀ ਸਰ ਜਿਵੇਂ ਕਿ ਮੈਂ 1995 ਦੇ ਵਿੱਚ ਸਕੂਲ ਜੁਆਇਨ ਕੀਤਾ ਪਰ ਸਾਡੇ ਆਉਣ ਤੋਂ ਬਹੁਤ ਪਹਿਲੇ ਜਿਵੇਂ ਸੁਣਨ 'ਚ ਆਇਆ 1937 ਤੋਂ ਲੈ ਕੇ 1941 ਤੱਕ ਉਹ ਇੱਥੇ ਪੜ੍ਹੇ ਨੇ 7ਵੀਂ ਤੋਂ ਲੈ ਕੇ 10ਵੀਂ ਤੱਕ ਚਾਰ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਸਾਲ ਉਹ ਇੱਥੇ ਉਹਨਾਂ ਨੇ ਗੁਜ਼ਾਰੇ ਆ ਸਟੂਡੈਂਟ ਸਰ ਜਦੋਂ ਤੱਕ ਮੈਂ ਜਾਣਦਾ ਦੋ ਤਿੰਨ ਵਾਰੀ ਚਾਰ ਵਾਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਇੱਥੇ ਉਹ ਜਦੋਂ ਵੀ ਆਉਂਦੇ ਸੀਗੇ ਇੰਨੇ ਡਾਊਨ ਟੂ ਅਰਥ ਇਨਸਾਨ ਹੈ ਮਤਲਬ ਬੀਇੰਗ ਏ ਚੀਫ ਮਿਨਿਸਟਰ ਵੀ ਉਹਨਾਂ ਨੇ ਕਦੀ ਇਹ ਅਹਿਸਾਸ ਹੀ ਨਹੀਂ ਦਵਾਇਆ ਕਿ ਮੈਂ ਇੱਥੇ ਐਸ ਚੀਫ ਮਿਨਿਸਟਰ ਆਇਆ ਹਮੇਸ਼ਾ ਇੱਕ ਵਿਦਿਆਰਥੀ ਦੇ ਤੌਰ 'ਤੇ ਹੀ ਇੱਥੇ ਆਉਂਦੇ ਸੀਗੇ ਉਹ ਇੱਥੇ ਤੱਕ ਵੀ ਦੱਸਦੇ ਸੀਗੇ ਕਿ ਜੇ ਕਦੀ ਮੈਂ ਸਕੂਲ ਨਹੀਂ ਵੀ ਆ ਪਾਉਂਦਾ ਸੀਗਾ ਹਾਲਾਂਕਿ ਉਹਨਾਂ ਨੇ ਖੁਦ ਦੱਸਿਆ ਸੀਗਾ ਕਿ ਮੇਰੀ ਜਦੋਂ ਵੀ ਫਿਰੋਜ਼ਪੁਰ ਮੈਂ ਆਉਂਦਾ ਮੇਰੀ ਕੋਸ਼ਿਸ਼ ਹੁੰਦੀ ਮੈਂ ਆਪਣੇ ਸਕੂਲ ਜ਼ਰੂਰ ਆਵਾਂ ਜੇ ਬਾਈ ਚਾਂਸ ਉਹ ਸਕੂਲ ਨਹੀਂ ਆ ਪਾਉਂਦੇ ਸੀਗੇ ਬਕੌਲ ਉਹਨਾਂ ਦੇ ਸ਼ਬਦ ਦੀ ਉਹ ਜਦੋਂ ਇੱਥੋਂ ਲੰਘਦੇ ਸੀਗੇ ਸਕੂਲ ਨੂੰ ਪ੍ਰਣਾਮ ਜ਼ਰੂਰ ਕਰਕੇ ਜਾਂਦੇ ਸੀਗੇ ਦੂਸਰਾ ਕਿਉਂਕਿ ਹੁਣ ਸਾਰੀ ਬਿਲਡਿੰਗ ਸਕੂਲ ਦੀ ਨਵੀਂ ਬਣੀ ਹੈ ਉਹਨਾਂ ਨੇ ਖੁਦ ਦੱਸਿਆ ਕਿ ਹਾਲ ਸਾਡਾ ਸਭ ਤੋਂ ਪੁਰਾਣਾ ਹੈ ਇਹ ਜਿਹੜਾ ਆਡੀਟੋਰੀਅਮ ਹੈ ਇਸ ਆਡੀਟੋਰੀਅਮ ਦੇ ਵਿੱਚ ਉਹਨਾਂ ਨੇ ਇੱਟਾਂ ਲਗਾਉਣ ਦਾ ਯੋਗਦਾਨ ਵੀ ਪਾਇਆ ਹੋਇਆ ਉਹ ਕਹਿੰਦੇ ਅਸੀਂ ਖੁਦ ਇੱਟਾਂ ਚੁੱਕ ਕੇ ਇੱਥੇ ਜਾਂਦੇ ਹੁੰਦੇ ਸੀਗੇ ਇੱਕ ਹੋਰ ਉਹਨਾਂ ਦੀ ਖਾਸੀਅਤ ਸੀ ਜਿਹੜੀ ਅਸੀਂ ਇੱਥੇ ਮਹਿਸੂਸ ਵੀ ਕੀਤੀ ਉਹਨਾਂ ਨੇ ਖੁਦ ਵੀ ਦੱਸਿਆ ਅਸੀਂ ਜਦੋਂ ਉਹਨਾਂ ਨੂੰ ਆਫਰ ਕਰਦੇ ਸੀ ਆਫਿਸ 'ਚ ਆ ਕੇ ਬੈਠਦੇ ਸੀਗੇ ਕਿ ਤੁਸੀਂ ਸਾਹਮਣੇ ਪ੍ਰਿੰਸੀਪਲ ਸਾਹਿਬ ਦੀ ਚੇਅਰ 'ਤੇ ਆ ਕੇ ਬੈਠੋ ਅਤੇ ਉਹ ਕਦੀ ਵੀ ਨਹੀਂ ਸੀ ਬੈਠੇ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਇਹ ਮੇਰੇ ਗੁਰੂ ਦੀ ਕੁਰਸੀ ਹੈ ਇੱਥੇ ਤਾਂ ਮੈਂ ਕਦੀ ਬੈਠਣ ਦਾ ਸੋਚ ਵੀ ਨਹੀਂ ਸਕਦਾ ਉਹ ਹਮੇਸ਼ਾ ਸਾਹਮਣੇ ਵਾਲੀ ਕੁਰਸੀਆਂ 'ਤੇ ਬੈਠਦੇ ਸੀ ਕਦੀ ਵੀ ਪ੍ਰਿੰਸੀਪਲ ਦੀ ਚੇਅਰ 'ਤੇ ਨਹੀਂ ਬੈਠੇ ਮਤਲਬ ਇਹ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਡਾਊਨ ਟੂ ਅਰਥ ਸੀਗੇ ਇਨਸਾਨ ਅਤੇ ਸਕੂਲ ਦੇ ਪ੍ਰਤੀ ਉਹਨਾਂ ਦੀ ਕੀ ਸ਼ਰਧਾ ਸੀ ਕੀ ਵਿਸ਼ਵਾਸ ਸੀ ਬਿਲਕੁਲ ਸਾਡੇ ਨਾਲ ਹੋਰ ਵੀ ਸਟਾਫ ਮੌਜੂਦ ਹੈ ਸਰ ਤੁਸੀਂ ਹੱਥ ਦੇ ਵਿੱਚ ਫੜਿਆ ਹੋਇਆ ਇਸ 'ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਤਸਵੀਰ ਵੀ ਹੈ ਤੁਸੀਂ ਦੇਖ ਸਕਦੇ ਹੋ ਜਦੋਂ ਸਕੂਲ ਦੇ ਵਿੱਚ ਆਏ ਹੈਗੇ ਸੀਗੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਤਸਵੀਰ ਵੀ ਹੈਗੀ ਹੈ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਹੈਗੇ ਪਰ ਉਹਨਾਂ ਦੀ ਯਾਦ ਜਿਹੜੀ ਹੈ ਉਹ ਸਾਰੀ ਉਮਰ ਰਹੇਗੀ ਕਿਉਂਕਿ ਉਹ ਇੱਥੇ ਪੜ੍ਹੇ ਵੀ ਹੈਗੇ ਸੀਗੇ ਔਰ ਇੱਥੇ ਆਉਂਦੇ ਵੀ ਹੈਗੇ ਸੀ ਔਰ ਕਾਫੀ ਵੱਡਾ ਯੋਗਦਾਨ ਵੀ ਰਿਹਾ ਸਰ ਕੀ ਨਾਮ ਹੈ ਤੁਹਾਡਾ ਅਕਸ਼ੈ ਕੁਮਾਰ ਸਰ
प्रकाश सिंह बादल जी जदों इत्थे पढ़ाई की थी, उन्होंने इत्थे आंदे हैगे सीगे, तां अज वो इस दुनिया दे विच नहीं रहे हैगे, तां किवें देखते हो? बड़ा दुख होया। वो एक तरह असीं उन्हां नूं स्कूल दा सरप्रस्त ही समझदे सी। जदों भी सानूं कोई समस्या आंदी सी ते असीं उन्हां नूं बड़े ईजली मिल लैंदे सी। अजे चीफ मिनिस्टर होण दे कारण उन्हां दी सिक्योरिटी बड़ी टाइट सी, लेकिन उन्होंने इस गल दे कदी भी नहीं किया भी मैं उत्थों अध्यापक आए ने, उन्होंने सानूं तरजीह दित्ती और मिलन वास्ते तैयार हो गए और हर वारी साड़ी समस्यावां दा हल किया। सानूं उन्हां दा बहुत ही दुख है भी जिस इस तरह लगता है भी एक अमुल्य रतन जिहड़ा सीगा उह देश चों चला गया और स्कूल नूं बहुत ही वड्डा एक नुकसान होया। वड्डा नुकसान होया, जिहड़ा घाटा उह नहीं पूरा हो सकता, वड्डे सियासतदान सी। सर किवें देखदे हो पंज वार दे मुख्यमंत्री स्कूल दे विच पड़े हैगे सी और काफ़ी वार स्कूल दे विच भी आए, जिद्दां तुसीं दस रहे सी कि 100 साल मनाना सीगा घरे असीं गए। दस जदों असीं 2019 ਦੇ ਵਿੱਚ 100 साल ਮਨਾਉਣਾ ਸੀ ਤਾਂ ਉਦੋਂ ਇਹ ਸਕੂਲ ਵਿੱਚ ਸਭ ਨੇ ਬੈਠ ਕੇ ਖੋਜ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡਾ ਸਭ ਤੋਂ ਵਧੀਆ ਵਿਦਿਆਰਥੀ ਕੌਣ ਹੈ। ਤਾਂ ਸਭ ਦੀ ਇੱਕੋ ਹੀ ਰਾਏ ਬਣੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਵਧੀਆ ਵਿਦਿਆਰਥੀ ਤਾਂ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਐਡੀ ਉੱਚੀ ਪੋਸਟ 'ਤੇ ਪਹੁੰਚ ਗਏ ਹੈ ਔਰ ਜੋ ਉਹਨਾਂ ਦਾ ਸੁਭਾਅ ਹੈ ਸ਼ਾਇਦ ਉਸ ਦੇ ਨਾਲ ਦਾ ਸੁਭਾਅ ਅੱਜ ਮਿਲਣਾ ਮੁਸ਼ਕਲ ਹੈ। ਮੈਂ ਉਸ ਸਮੇਂ ਦਾ ਤੁਹਾਨੂੰ ਇੱਕ ਫੋਟੋ ਇਹ ਦਿਖਲਾਉਣਾ ਚਾਹੁੰਦਾ ਹਾਂ। ਜਦੋਂ ਅਸੀਂ ਉਹਨਾਂ ਨੂੰ ਇਨਵਾਈਟ ਕਰਨ ਵਾਸਤੇ ਗਏ ਤਾਂ ਬਿਲਕੁਲ ਹਾਂਜੀ ਹਾਂਜੀ ਮੈਂ ਸੀ, ਸਾਡੇ ਸਕੂਲ ਦੇ ਪ੍ਰਧਾਨ ਸ਼੍ਰੀ ਮਹੇਸ਼ ਚੰਦਰ ਗੁਪਤਾ ਜੀ ਸੀ, ਉਹਨਾਂ ਦੇ ਨਾਲ ਵਾਈਸ ਪ੍ਰਿੰਸੀਪਲ ਸੀ ਔਰ ਸਰਦਾਰ ਅੰਗਰੇਜ਼ ਸਿੰਘ ਜੀ ਸੀ। ਤਾਂ ਸਾਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਸਨਮਾਨ ਬਖਸ਼ਿਆ, ਬਹੁਤ ਹੀ ਆਦਰ ਸਤਿਕਾਰ ਦੇ ਨਾਲ ਆਪਣੇ ਜਿੱਥੇ ਉਹਨਾਂ ਦੀ ਰਹਿ ਸੀ ਉੱਥੇ ਸਾਨੂੰ ਉਹਨਾਂ ਨੇ ਰਿਸੀਵ ਕੀਤਾ। ਤਾਂ ਅਸੀਂ ਉਹਨਾਂ ਨੂੰ ਦੱਸਿਆ ਜੀ ਵੀ ਸਰ ਅਸੀਂ ਤੁਹਾਨੂੰ 100 ਸਾਲਾਂ ਵਾਸਤੇ ਇਨਵਾਈਟ ਕਰਨ ਵਾਸਤੇ ਆਏ ਹਾਂ ਕਿਉਂਕਿ ਤੁਹਾਡੇ ਤੋਂ ਵਧੀਆ ਵਿਦਿਆਰਥੀ ਸਾਨੂੰ 100 ਸਾਲਾਂ ਦੇ ਵਿੱਚ ਮਿਲਣਾ ਮੁਸ਼ਕਲ ਹੈ। ਤਾਂ ਉਹਨਾਂ ਨੇ ਆਪਣੀ ਇਨਐਬਿਲਿਟੀ ਜ਼ਾਹਿਰ ਕੀਤੀ ਵੀ ਬੇਟਾ ਮੇਰੀ ਪ੍ਰੋਬਲਮ ਇਹ ਹੈ ਵੀ ਮੇਰੇ ਪੈਰਾਂ ਤੋਂ ਚੱਲਿਆ ਨਹੀਂ ਜਾਂਦਾ। ਅਸੀਂ ਬਹੁਤ ਨਿਰਾਸ਼ ਹੋਏ ਵੀ ਅਸੀਂ ਜਿਸ ਪਰਪਸ ਵਾਸਤੇ ਆਏ ਸੀ ਉਹ ਸਾਡਾ ਪਰਪਸ ਨਹੀਂ ਪੂਰਾ ਹੋ ਰਿਹਾ ਔਰ ਬਾਦਲ ਸਾਹਿਬ ਨੇ ਸਾਨੂੰ ਆਉਣ ਤੋਂ ਜਾਂ ਟਾਈਮ ਦੇਣ ਤੋਂ ਮਨਾ ਕੀਤਾ ਹੈ। ਫਿਰ ਉਹਨਾਂ ਨੇ ਕੁਛ ਵਿਚਾਰਿਆ, ਸਾਨੂੰ ਕਹਿੰਦੇ ਵੀ ਥੋੜ੍ਹੀ ਦੇਰ ਰੁਕੋ ਮੈਂ ਇਸ ਦਾ ਕੋਈ ਹੱਲ ਲੱਭਦਾ। ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਅਗਰ ਮੈਂ ਨਾ ਆਵਾਂ ਮੇਰਾ ਬੇਟਾ ਆ ਜਾਏ। ਤਾਂ ਸਾਨੂੰ ਬਹੁਤ ਖੁਸ਼ੀ ਹੋਈ ਵੀ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਉਹ ਆਪ ਨਹੀਂ ਆ ਸਕੇ, ਪਰ ਉਹਨਾਂ ਨੇ ਉਸੇ ਟਾਈਮ ਆਪਣੇ ਬੇਟੇ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜੋ ਕਿ ਲੱਕੀਲੀ ਸਾਡੇ ਫਿਰੋਜ਼ਪੁਰ ਦੇ MP ਵੀ ਹਨ, ਉਹਨਾਂ ਦੇ ਨਾਲ ਕਾਲ ਮਿਲਾਈ ਔਰ ਕਾਲ ਮਿਲਾ ਕੇ ਉਹਨਾਂ ਨੂੰ ਇਹ ਕਿਹਾ ਕਹਿੰਦੇ ਵੀ ਬੇਟਾ ਮੈਨੂੰ ਇਹ ਮੇਰੇ ਸਕੂਲ ਦੇ ਅਧਿਆਪਕ ਇਨਵਾਈਟ ਕਰਨ ਵਾਸਤੇ ਆਏ ਹਨ। ਮੈਂ ਉਹਨਾਂ ਨੂੰ ਮਨਾ ਕੀਤਾ ਸੀ, ਇਹ ਬਹੁਤ ਨਿਰਾਸ਼ ਹੋਏ, ਪਰ ਮੈਂ ਇਹਨਾਂ ਨੂੰ ਨਿਰਾਸ਼ ਕਰਕੇ ਨਹੀਂ ਭੇਜ ਸਕਦਾ। ਤਾਂ ਮੈਂ ਤੇਰੀ ਬੇਟਾ ਜ਼ਿੰਮੇਵਾਰੀ ਲਗਾ ਰਿਹਾ ਵੀ ਮੇਰੀ ਜਗ੍ਹਾ 'ਤੇ ਜਾ ਕੇ ਤੂੰ ਇਹ ਜਿਹੜਾ ਪਰਿਵਾਰਿਕ ਫੰਕਸ਼ਨ ਹੈ ਇਸ ਨੂੰ ਅਟੈਂਡ ਕਰੇਗਾ। ਤੇਰੀ ਬੇਟਾ ਕੋਈ ਵੀ ਮਜਬੂਰੀ ਹੋਵੇ ਤੂੰ ਇਹ ਫੰਕਸ਼ਨ ਨੂੰ ਮਨਾ ਨਹੀਂ ਕਰਨਾ, ਤੂੰ ਹਰ ਹਾਲਤ ਦੇ ਵਿੱਚ ਉਸ ਫੰਕਸ਼ਨ ਨੂੰ ਜਾ ਕੇ ਅਟੈਂਡ ਕਰਨਾ ਹੈ। ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਨੂੰ ਉਸ ਟਾਈਮ ਐਗਰੀ ਕਰ ਗਏ, ਉਹ ਸਾਡੇ ਕੋਲ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਔਰ ਉਹ 2-2.5 ਘੰਟੇ ਸਾਡੇ ਕੋਲ ਬੈਠ ਕੇ ਜਿਸ ਤਰ੍ਹਾਂ ਇੱਕ ਪਰਿਵਾਰ ਦਾ ਫੰਕਸ਼ਨ ਅਟੈਂਡ ਕੀਤਾ ਜਾਂਦਾ ਹੈ ਉਹ ਫੰਕਸ਼ਨ ਉਹਨਾਂ ਨੇ ਅਟੈਂਡ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਜੋ ਮੇਰੇ ਜੇ ਪਿਤਾ ਜੀ ਨੂੰ ਤੁਸੀਂ ਸਨਮਾਨ ਬਖਸ਼ਿਆ ਹੈ ਮੈਂ ਤੁਹਾਡਾ ਸਦਾ ਹੀ ਰਿਣੀ ਰਵਾਂਗਾ ਔਰ ਇਹ ਪਰਿਵਾਰ ਤੁਹਾਡਾ ਸਦਾ ਰਿਣੀ ਰਹੇਗਾ। ਜਦੋਂ ਵੀ ਕਿਸੇ ਇਸ ਸਕੂਲ ਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਹੋਵੇ ਅਸੀਂ ਤੁਹਾਡੇ ਵਾਸਤੇ ਸਦਾ ਹੀ ਹਾਜ਼ਰ ਰਵਾਂਗੇ। ਤਾਂ ਇਹਨਾਂ 'ਚ ਕਿਵੇਂ ਅੱਜ ਉਸ ਦੁਨੀਆ ਦੇ ਵਿੱਚ ਨਹੀਂ ਰਹੇ ਹੈਗੇ, ਕੱਲ੍ਹ ਉਹਨਾਂ ਦਾ ਦੇਹਾਂਤ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਜੀ, ਤਾਂ ਕਿੱਡਾ ਕੁ ਵੱਡਾ ਝਟਕਾ ਹੈਗਾ ਸਾਡੇ ਵਾਸਤੇ? ਤਾਂ ਇਹ ਅਸਹਿਣੀਆ ਝਟਕਾ ਹੈ ਕਿਉਂਕਿ ਅਸੀਂ ਉਹਨਾਂ ਨੂੰ ਇੱਕ ਵਿਦਿਆਰਥੀ ਦੇ ਤੌਰ 'ਤੇ ਨਹੀਂ ਮੰਨਦੇ ਜਾਂ ਅਸੀਂ ਇਹ ਨਹੀਂ ਕੰਸਿਡਰ ਕਰਦੇ ਵੀ ਉਹ 5 ਵਾਰੀ ਮੁੱਖ ਮੰਤਰੀ ਰਹੇ ਹੈ, ਅਸੀਂ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਦਾ ਬਜ਼ੁਰਗ ਮੰਨ ਕੇ ਚੱਲਦੇ ਹਾਂ। ਅਤੇ ਪਰਿਵਾਰ ਦਾ ਉਹ ਬਜ਼ੁਰਗ ਜਿਹੜਾ ਬਹੁਤ ਹੀ ਸਿਆਣਾ ਸੀ, ਜਿਹਨੇ ਸਾਰੇ ਆਪਣੇ ਕੁਰਮੇ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਸਮੇਟਿਆ ਔਰ ਸਕੂਲ ਵਾਸਤੇ ਬਹੁਤ ਕੁਝ ਕੀਤਾ, ਅਸੀਂ ਉਹਨਾਂ ਦਾ ਜੋ ਉਹਨਾਂ ਨੇ ਸਕੂਲ ਵਾਸਤੇ ਕੀਤਾ ਮਰਦੇ ਦਮ ਤੱਕ ਨਹੀਂ ਭੁੱਲ ਸਕਦੇ। ਤਾਂ ਸਾਡੇ ਵਾਸਤੇ ਜਿਹੜਾ ਇਹ ਝਟਕਾ ਹੈ ਬਹੁਤ ਵੱਡਾ ਹੈ, ਪਰ ਫਿਰ ਵੀ ਅਸੀਂ ਪਰਮਾਤਮਾ ਦਾ ਅੱਗੇ ਦੁਆ ਕਰਾਂਗੇ ਕਿਉਂਕਿ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ ਹੈ ਜਾਣਾ ਨਿਸ਼ਚਿਤ ਹੈ। ਠੀਕ ਹੈ ਉਹਨਾਂ ਨੇ ਆਪਣੀ ਉਮਰ ਭੋਗੀ ਹੈ, ਉਹਨਾਂ ਨੇ ਸਾਰਾ ਕੁਝ ਦੁਨੀਆਦਾਰੀ ਵੀ ਸਾਰੀ ਚੰਗੀ ਤਰ੍ਹਾਂ ਨਿਭਾਈ ਹੈ, ਉਹਨਾਂ ਨੇ ਆਪਣੀ ਰਾਜਨੀਤੀ ਪੋਸਟ ਵੀ ਚੰਗੀ ਤਰ੍ਹਾਂ ਨਿਭਾਈ ਹੈ। ਤਾਂ ਪਰਮਾਤਮਾ ਦਾ ਅੱਗੇ ਇਹੀ ਦੁਆ ਕਰਾਂਗੇ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਜਿਹੜਾ ਉਹਨਾਂ ਦੇ ਪਿੱਛੇ ਪਰਿਵਾਰ ਹੈ ਉਹਨਾਂ ਨੂੰ ਵੀ ਇਹ ਦੁੱਖ ਸਹਿਣ ਦੀ
ਸ਼ਕਤੀ ਬਖਸ਼ੇ। ਬਿਲਕੁਲ, ਬਹੁਤ ਵੱਡਾ ਇੱਕ ਝਟਕਾ ਹੈਗਾ। ਹਾਲਾਂਕਿ ਸਾਰਿਆਂ ਗਲਿਆਰਿਆਂ ਦੇ ਵਿੱਚ, ਸਮਾਜ ਦੇ ਵਿੱਚ ਜੇ ਗੱਲ ਕਰੀਏ, ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਹੈ ਉਹ ਦੌੜ ਰਹੀ ਹੈਗੀ। ਕੈਮਰਾ ਪਰਸਨ ਰੋਹਿਤ ਦੇ ਨਾਲ ਸੰਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ।